ਨਿਬੜਨ ਨੂੰ ਜੀ ਨਹੀਂ ਕਰਦਾ। ਆਹ ਤਾਂ ਕੋਈ ਮਹਾਰਾਜ ਦੀ ਕਿਰਪਾ ਹੈ ਕਿ ਆ ਸਾਰੀ ਸੰਗਤ ਜਿਹੜੀ ਹੈ ਨਾ, ਮੈਂ ਤਾਂ ਇਹਨਾਂ ਦੇ ਬਾਰੇ ਜਾਵਾਂ ਬਾਈ, ਕਾਲੇ ਹੋਣੀ ਖੜੇ ਆ। ਚਲੋ ਪਿੰਡ ਦੇ ਮੋਹਰੀ ਬਣਾਇਆ ਮਹਾਰਾਜ ਨੇ ਇਹਨਾਂ ਨੂੰ, ਬਹੁਤ ਸਾਲਾਂ ਤੋਂ ਸਰਪੰਚ ਹੀ ਕਰਦੇ ਆ। ਪਰ ਅਸੀਂ ਆਉਂਦੇ ਹੋਏ ਵੀ ਕਾਰ 'ਚ ਪਹਿਲਾਂ ਦੁੱਧ ਜਾ ਕੇ ਆਏ ਹਾਂ ਉੱਥੇ ਗਊਸ਼ਾਲਾ 'ਚ, ਤਾਂ ਆਉਂਦੇ ਹੋਏ ਗੱਲਾਂ ਅਸੀਂ ਇਹੀ ਕਰਦੇ ਸੀ ਕਿ ਸਭ ਤੋਂ ਉੱਤਮ ਕਰਮ ਆਹੀ ਨੇ। ਜਦੋਂ ਅਸੀਂ ਕਲਾਈਮੇਟ ਦੇਖਦੇ ਹਾਂ ਹੁਣ ਪੰਜਾਬ ਦਾ, ਤਾਂ ਇੱਥੇ ਮੈਨੂੰ ਲੱਗਦਾ ਵੀ ਬੇਰੁਜ਼ਗਾਰੀਆਂ, ਕਰਜ਼ੇ, ਨਸ਼ੇ, ਉਹ ਮੇਰੇ ਖਿਆਲ 'ਚ ਸੈਕੰਡਰੀ ਲੱਗਦੇ ਆ। ਆਹ ਪ੍ਰਾਇਓਰਟੀ ਬੇਸ 'ਤੇ ਕਰਨ ਵਾਲੇ ਕੰਮ ਲੱਗਦੇ ਆ, ਕਿਉਂਕਿ ਜਦੋਂ ਮੈਨੂੰ ਤਾਂ ਉਹ ਦ੍ਰਿਸ਼ ਚੇਤੇ ਆਉਂਦੇ ਆ ਜਦੋਂ ਬਾਬਾ ਨਾਨਕ ਕਹਿੰਦਾ ਹੁੰਦਾ ਸੀ ਅਤੇ ਭਾਈ ਮਰਦਾਨਿਆ, ਰਬਾਬ ਛੇੜ ਬਾਣੀ ਆਈ ਆ। ਬਾਬਾ ਬੋਲਦਾ ਉੱਥੇ ਸੀ ਜਿੱਥੇ ਬੋਹੜ ਜਾਂ ਕੋਈ ਪਿੱਪਲ ਥੱਲੇ ਥੜਾ ਹੁੰਦਾ ਸੀ, ਤਾਂ ਉੱਥੇ ਬਹਿ ਕੇ ਫਿਰ ਕੋਈ ਕਰਮ ਵਾਲਾ ਸੁਣ ਵੀ ਜਾਂਦਾ ਸੀ। ਸੋ ਉਹ ਸਿੰਬੋਲੀਕਲੀ ਸਾਨੂੰ ਜਾਂ ਸਾਡੇ ਮੈਂਟਲ ਦੇ ਪੁਆਇੰਟ ਆਫ ਵਿਊ ਤੋਂ ਇਹ ਚੀਜ਼ਾਂ ਸਿਖਾਉਂਦੇ ਆ ਕਿ ਇਹਨਾਂ ਦਾ ਸਾਡੇ ਮਨ ਨਾਲ, ਸਾਡਾ ਤਨ ਨਾਲ ਕੀ ਸੰਬੰਧ ਹੈ। ਆਕਸੀਜਨ ਤਾਂ ਦਿੰਦੇ ਹੀ ਦਿੰਦੇ ਆ ਸਾਰੇ, ਪਰ ਇੱਕ ਲੱਗਦਾ ਹੈ ਕਿ ਜਦੋਂ ਕਿਸੇ ਟਾਹਲੀ ਥੱਲੇ ਜਾਂ ਤੂਹ ਥੱਲੇ, ਜਦੋਂ ਸਾਡੇ ਬਜ਼ੁਰਗ ਲਾਣੇਦਾਰ ਕਿਸੇ ਤੂਹ ਥੱਲੇ ਬਹਿੰਦੇ ਆ, ਤਾਂ ਉਹ ਮਨ ਨੂੰ ਵੀ ਸ਼ਾਂਤੀ ਦਿੰਦੇ ਆ। ਸੋ ਇਸ ਤੋਂ ਭਲਾ ਕੰਮ ਕੋਈ ਨਹੀਂ। ਮੈਂ ਤਾਂ ਧੰਨਵਾਦ ਕਰਦਾ, ਪ੍ਰਣਾਮ ਕਰਦਾ ਇਹਨਾਂ ਪਿੰਡਾਂ ਨੂੰ, ਬਾਈ ਹੋਰਾਂ ਨੂੰ, ਬਾਈ ਦੇ ਘਰੋਂ ਸਾਡੇ ਭੈਣ ਜੀ ਖੜ੍ਹੇ ਆ, ਸਾਡੇ ਫੋਰੈਸਟ ਤੋਂ ਆਫਿਸਰ ਖੜ੍ਹੇ ਆ, ਸਾਰੇ ਜਦੋਂ ਇਹ ਹੁਣ ਯੰਗ ਕੁੜੀ ਹੈ ਤਾਂ ਕਿੰਨੀ ਸ਼ਿੱਦਤ ਨਾਲ ਬਾਈ ਹੋਰਾਂ ਨੇ ਸਿਫਤ ਕੀਤੀ ਮੇਰੇ ਕੋਲ ਇਹਨਾਂ ਦੀ ਕਿ ਸਾਡੀ ਕੁੜੀ ਬਿਲਕੁਲ ਨਹੀਂ ਟਿਕਦੀ, ਸਟ੍ਰਿਕਟ ਵੀ ਹੈ, ਦਰਖਤਾਂ ਦੀ ਵੈਲਿਊ ਜਾਣਦੀ ਹੈ। ਸੋ ਮੈਨੂੰ ਲੱਗਦਾ ਕਿ ਸਾਨੂੰ ਇਹੋ ਜਿਹੇ ਯੰਗ ਆਫਿਸਰ ਚਾਹੀਦੇ ਆ, ਲਾਇਕ ਸਰਪੰਚ ਚਾਹੀਦੇ ਆ, ਔਰ ਨਾਲ ਆ ਸਾਰਾ ਪਿੰਡ, ਜਿਵੇਂ ਹੁਣ ਇੱਥੇ ਲੱਗਦਾ ਕਿ ਪਿੰਡ ਦੀ ਬਣਦੀ ਹੈ ਹੈ ਨਾ, ਜਦੋਂ ਸਾਰੇ ਐਨ ਇਕੱਲਾ ਇਕੱਲਾ ਬੂਟਾ ਲਈ ਖੜਾ ਹੈ, ਉੱਪਰ ਬਾਬਾ ਜੀ ਬੈਠੇ ਆ, ਮਹਾਂਪੁਰਸ਼ ਬੈਠੇ ਉੱਪਰ ਸੰਗਤ ਉਹਨਾਂ ਕੋਲ। ਸੋ ਇਹ ਪੰਜਾਬ ਹੈ, ਇਹ ਪੰਜਾਬ ਹੈ ਜਿਸ ਤਰ੍ਹਾਂ ਦੇ ਕੰਮ ਅਸੀਂ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ, ਹੁਣ ਮੈਨੂੰ ਲੱਗਦਾ ਇੱਥੇ ਜਿਹੜੀ ਖੂਬਸੂਰਤ ਗੱਲ ਪਤਾ ਕੀ ਹੈ ਬਾਈ, ਬੂਟੇ ਤਾਂ ਦੇਖੋ ਮੈਂ ਤਾਂ ਮੈਨੂੰ ਲੱਗਦਾ ਫੋਟੋਆਂ ਖਿਚਾਉਣੀਆਂ ਹੈ ਨਾ, ਵਾਹ ਵਾਹ ਕਰ ਦਿਓਗੇ, ਇਮਤਿਹਾਨ ਮੇਰਾ ਹੋਰ ਔਖਾ ਹੋ ਜੂਗਾ। ਪਰ ਜਿਹੜੀ ਅਸਲ ਗੱਲ ਹੈ, ਅਸਲ ਤਾਂ ਆਹ ਲੋਕ ਹੈ ਜਿਨ੍ਹਾਂ ਨੂੰ ਮੁੜਕਾ ਆਇਆ ਹੋਇਆ ਹੈ ਨਾ, ਜਿਨ੍ਹਾਂ ਦੇ ਗੋਡਿਆਂ 'ਤੇ ਮਿੱਟੀ ਲੱਗੀ ਹੋਈ ਆ। ਸੋ ਇਹਨਾਂ ਨੂੰ ਮਹਾਰਾਜ ਲੰਬੀਆਂ ਉਮਰਾਂ ਦੇਵੇ, ਇਹਨਾਂ ਅਫਸਰਾਂ ਨੂੰ ਜ਼ਿੰਮੇਵਾਰੀਆਂ ਦੇਵੇ, ਹੋਰ ਲੰਬੀ ਉਮਰ ਦੇਵੇ, ਸਿਹਤ ਤੰਦਰੁਸਤ ਰਹੇ ਅਤੇ ਸੋਹਣੇ ਕੰਮ। ਉੱਜਣ 'ਤੇ 70-75 ਸਾਲ ਲੱਗੇ ਆ ਪੰਜਾਬ ਦਿਆਂ ਨੂੰ, ਮੈਂ ਇੱਕ ਗੱਲ ਜ਼ਰੂਰ ਕਹੂੰਗਾ, ਵਸਣ 'ਤੇ 15-20 ਸਾਲ ਲੱਗਣਗੇ। ਉਹ ਭਾਵੇਂ ਅਸੀਂ ਇਨਵਾਇਰਮੈਂਟ ਦੇ ਪੁਆਇੰਟ ਆਫ ਵਿਊ ਤੋਂ, ਭਾਵੇਂ ਸਾਡਾ ਪੋਲੀਟੀਕਲ ਜੋ ਵੀ ਸਾਡੀ ਡਰਾਇੰਗ ਇਸ ਵੇਲੇ ਸਾਨੂੰ ਦਿਖਦੀ ਹੈ, ਸਾਡਾ ਸਾਡਾ ਰਿਲੀਜਨ ਹੈ, ਜ਼ਾਤ ਪਾਤ ਵਾਲਾ ਪੰਗਾ ਸਾਡੇ ਬਹੁਤ ਵੱਡਾ ਹੈ, ਇਹ ਖਤਮ ਹੋਣਾ ਚਾਹੀਦਾ। ਇਹ ਚੀਜ਼ ਮੈਨੂੰ ਵੀ ਚੁੱਭਦੀ ਹੈ ਪਰਸਨਲੀ ਹੈ ਨਾ। ਇਸ ਵਾਰੀ ਮੈਨੂੰ ਮਹਾਰਾਜ ਨੇ ਇੱਕ ਜ਼ਿਮੀਂਦਾਰ ਪਰਿਵਾਰ 'ਚ ਕੁੱਖ ਬਖਸ਼ੀ ਹੈ, ਪਰ ਰੌਲਾ ਹੁਣ ਇਹ ਹੈ ਕਿ ਜਿਹੜੇ ਮੇਰੇ ਮਜ਼੍ਹਬੀ ਸਿੱਖ ਭਰਾ ਨੇ, ਜਿਹੜੇ ਚਮਿਆਰ ਭਰਾ ਨੇ ਸਾਡੇ, ਹੋਰ ਜਿੰਨੀਆਂ ਵੀ ਜ਼ਾਤਾਂ ਵਾਲੇ ਭਰਾ ਹੈ, ਮੈਨੂੰ ਲੱਗਦਾ ਇਹ ਮੇਰੇ ਸਿਰ ਦਾ ਤਾਜ ਹੈ। ਬਸ ਇੱਥੇ ਕਿਤੇ ਜਿਹੜੀਆਂ ਸਾਡੇ ਇਹ ਪਿੰਡ ਲੈਵਲ 'ਤੇ, ਇਹ ਨਹੀਂ ਕਹਿੰਦਾ ਮੈਂ ਕਿ ਸਾਰੇ ਪਿੰਡਾਂ 'ਚ ਇਹ ਗੱਲਾਂ, ਪਰ ਜਿੱਥੇ ਜਿੱਥੇ ਵੀ ਇਹ ਚੀਜ਼ਾਂ ਲੱਗਦੀਆਂ ਨਾ ਕਿ ਸਾਡੇ ਕੁਛ ਮੂਰਖ ਲੋਕ ਜਿਹੜੇ ਕਹਿੰਦੇ ਆ ਕਿ ਆਹ ਮਿੱਟੀ ਵੱਡੀ ਹੈ ਅਤੇ ਆਹ ਛੋਟੀ ਹੈ, ਇਹ ਡੰਡਾ ਕੱਢ ਲਈ ਅਸੀਂ, ਪੰਜਾਬ ਫਿਰ ਹੀ ਜਿੱਤੂਗਾ, ਫਿਰ ਹੀ ਅਸੀਂ ਵਸਾਂਗੇ, ਫਿਰ ਹੀ ਹਰਿਆਵਲ ਆਉਣੀ ਹੈ, ਫਿਰ ਹੀ ਇੱਥੇ ਨੇਕੀ ਆਉਣੀ ਹੈ। ਕਿਉਂਕਿ ਸਾਡੇ ਪੰਜ ਪਿਆਰਿਆਂ ਦਾ, ਸਾਡੇ ਉਹ ਪੰਜ ਜਾਣੀ ਪਿਆਰਿਆਂ ਦਾ ਜਿਹੜਾ ਕਨਸੈਪਟ ਆ ਨਾ, ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੌਕਮ ਸਿੰਘ, ਦ੍ਰਿੜਤਾ ਕਹਿੰਦੇ ਆ ਮੌਕਮ ਨੂੰ, ਅਤੇ ਸਾਹਿਬ ਸਿੰਘ, ਉਹ ਕਨਸੈਪਟ ਕਿਸੇ ਇੱਕ ਜਾਤੀ ਨਾਲ ਪੂਰਾ ਨਹੀਂ ਹੋਣਾ, ਉਹ ਸਾਡੇ ਸਾਰਿਆਂ ਨਾਲ ਪੂਰਾ ਹੋਣਾ। ਸੋ ਇਸ ਕਰਕੇ ਇਹ ਜਿਹੜੇ ਆ ਮਿੱਟੀ ਮਿੱਟੀ ਨੂੰ ਕਹਿੰਦੀ ਫਿਰਦੀ ਆ ਨਾ ਵੀ ਆਹ ਮਿੱਟੀ ਛੋਟੀ ਹੈ ਅਤੇ ਵੱਡੀ ਹੈ, ਇਹ ਚੀਜ਼ਾਂ ਖਤਮ ਕਰੇ ਸਾਡਾ ਮਹਾਰਾਜ, ਔਰ ਸਮਾਜ ਖਤਮ ਕਰੇ, ਸਾਡੇ ਸਰਪੰਚ ਪੰਚ ਮੂਹਰੇ ਆਉਣ ਇਸ ਚੀਜ਼ ਨੂੰ ਲੈ ਕੇ, ਨਿੱਗਰ ਗੋਸ਼ਟੀਆਂ ਕਰਨ ਜਿਵੇਂ ਬਾਬਾ ਨਾਨਕ ਕਰਦਾ ਸੀ। ਜਦੋਂ ਇਹ ਚੀਜ਼ ਦੀ ਸਮਝ ਆ ਗਈ ਨਾ ਬਾਈ, ਸਾਡਾ ਗੁਰਦੁਆਰਾ ਇੱਕ ਹੋ ਗਿਆ ਪਿੰਡ 'ਚ, ਸਾਡੇ ਸਿਵੇ ਇੱਕ ਹੋ ਗਏ, ਸਾਡੇ ਕਾਰ ਵਿਹਾਰ ਇੱਕ ਹੋ ਗਏ, ਸਾਡੇ ਫੰਕਸ਼ਨ ਇੱਕ ਹੋ ਗਏ, ਫਿਰ ਪੰਜਾਬ ਤਰੱਕੀ 'ਤੇ ਹੀ ਹੈ। ਬਸ ਰੌਲਾ ਹੀ ਇੱਥੇ ਪਿਆ ਹੋਇਆ ਕਿ ਸਾਨੂੰ ਉਹ ਵੰਡ ਗਏ ਬਸ ਵੰਡਰ ਵਾਲੇ। ਜਦੋਂ ਆਪਣੇ ਲੋਕ ਆ ਨਾ ਜੀ, ਆਮ ਤੌਰ 'ਤੇ ਜਦੋਂ ਬੂਟਿਆਂ ਦੀ ਮਿਹਮ ਚੱਲਦੀ ਬਹੁਤ ਲਾ ਲੈਂਦੇ ਆ, ਪਰ ਉਹਨਾਂ ਨੂੰ ਬਾਅਦ 'ਚ ਸਾਂਭ ਸੰਭਾਲ ਨਹੀਂ ਕਰਦੇ। ਅੱਜ ਤੁਸੀਂ ਵਧੀਆ ਸ਼ੁਰੂਆਤ ਕੀਤੀ ਹੈ, ਕੀ ਸੁਨੇਹਾ ਦੇਵੋਗੇ ਵੀ ਉਹਨਾਂ ਨੇ ਇਕੱਲੇ ਇਕੱਲੇ ਬੂਟੇ ਨੂੰ ਪਾਲਣ ਦੇ? ਦੇਖੋ ਬਾਈ ਹੋਰਾਂ ਤਾਂ ਹੁਣ ਤੁਹਾਨੂੰ ਪ੍ਰੈਕਟੀਕਲੀ ਦਿਖਾਇਆ ਜਿਹੜੇ ਲਾਏ ਸੀ, ਹੁਣ ਜਾਂਦੇ ਹੋਏ ਵੀ ਕਹਿੰਦੇ ਮੈਨੂੰ, ਕਹਿੰਦੇ ਜਦੋਂ ਹੁਣ ਅਸੀਂ ਫਰੀਦਕੋਟ ਜਾਣਾ, ਉੱਥੇ ਡੀਸੀ ਸਾਹਿਬ ਨਾਲ ਸਾਡੀ ਮੀਟਿੰਗ ਹੈ, ਖੁਸ਼ੀ ਦੀ ਗੱਲ ਹੈ ਕਿ ਫਰੀਦਕੋਟ ਜ਼ਿਲ੍ਹੇ ਬਣੇ ਨੂੰ 50 ਸਾਲ ਹੋ ਗਏ ਬਾਈ, ਹੁਣ ਉਹ ਆਪਦੀ ਜਾਣੀ ਜ਼ਿਲ੍ਹੇ ਦੀ 50ਵੀਂ ਵਰੇ ਗੰਢ ਮਨਾ ਰਹੇ ਆ ਅਤੇ ਨਾਲ 50 ਜੰਗਲ ਲਾ ਰਹੇ ਆ। ਸੋ ਹੁਣ ਡੀਸੀ ਸਾਹਿਬ ਨਾਲ ਮੀਟਿੰਗ ਹੈ, ਤਾਂ ਉਹਨਾਂ ਨੂੰ ਮਿਲ ਕੇ ਬਸ ਉਹਨਾਂ ਨੂੰ ਵੀ ਜ਼ਰੂਰ ਬੇਨਤੀ ਕਰਾਂਗੇ ਕਿ ਸਾਡਾ ਵੱਧ ਤੋਂ ਵੱਧ ਸਹਿਯੋਗ ਦਿਓ। ਅਤੇ ਬਾਕੀ ਪਾਲਣ ਵਾਲੀ ਗੱਲ ਬਾਈ ਇਹ ਹੈ, ਜਿਵੇਂ ਆ ਪਿੱਛੇ ਜਿਹੇ ਇੱਕ ਬਾਈ ਕਹਿੰਦਾ ਸੀ ਕਿ ਵੀ ਪਾਲਾਂਗੇ ਵੀ ਅਸੀਂ, ਸੋ ਬਸ ਆਹੀ ਆਵਾਜ਼ਾਂ ਨੇ, ਇਹਨਾਂ ਹੱਥਾਂ ਨਹੀਂ ਪਾਲਣੇ। ਇੱਕ ਗੱਲ ਹੋਰ ਬਾਈ, ਕੋਈ ਇੰਗਲਿਸ਼ ਐਕਟਰ ਕਹਿੰਦਾ ਕਹਿੰਦਾ ਕਲਾਕਾਰ ਨਾ ਸ਼ੀਸ਼ਾ ਹੁੰਦੇ ਨੇ ਕਿਸੇ ਸਮਾਜ ਦਾ, ਕਿਸੇ ਕੌਮ ਦਾ। ਜੀ ਬਾਈ, ਤੁਹਾਨੂੰ ਲੱਗਦਾ ਨਹੀਂ ਪਿਛਲੇ ਸਮੇਂ ਦੇ ਵਿੱਚ ਜਿਹੜਾ ਕੁਝ ਹੋਇਆ ਕਿਤੇ ਨਾ ਕਿਤੇ ਉੱਥੇ ਜ਼ਿੰਮੇਵਾਰੀਆਂ ਤੋਂ ਕਲਾਕਾਰ ਵੀ ਭੱਜੇ ਨੇ, ਕਿਤੇ ਨਾ ਕਿਤੇ ਉਹ ਸ਼ੀਸ਼ਾ ਵੀ ਜਿਹੜਾ ਸਹੀ ਮੂੰਹ ਦਿਖਾਉਂਦਾ ਨਹੀਂ ਰਿਹਾ ਗਾ? ਦੇਖੋ ਬਾਈ, ਇਹ ਜਿਹੜਾ ਕੋਈ ਸੂਬਾ ਸਟੇਟ ਕਹਿੰਦੇ ਆ ਨਾ ਸਾਡੀ ਸਰਜ਼ਮੀਂ, ਦੋਵੇਂ ਪੱਖ, ਅਸੀਂ ਤਾਂ ਸਾਡੇ ਲਾਣੇਦਾਰਾਂ ਤੋਂ ਸਿੱਖਿਆ ਆ ਜਿਹੜੇ ਚਿੱਟੇ ਦਾੜਿਆਂ ਵਾਲੇ ਖੜ੍ਹੇ ਆ ਕਿ ਦੋਨੇ ਪੱਖ ਬਰਾਬਰੀ ਚੱਲਦੇ ਫਿਰ ਹੀ ਸਮਾਜ ਹੈ। ਜਦੋਂ ਜੱਫੀ ਬਾਬੇ ਰਵਿਦਾਸ ਦੀ ਅਤੇ ਕਬੀਰ ਜੀ ਦੀ ਪੈ ਗਈ ਤਾਂ ਬੋਲੇ ਹੀ ਕੁਛ ਨਹੀਂ, ਚੁੱਪ ਰਹਿ ਕੇ ਤੁਰ ਗਏ। ਹੁਣ ਸਾਨੂੰ ਨਹੀਂ ਪਤਾ ਮਨਮੁੱਖਾਂ ਨੂੰ ਵੀ ਉਹ ਕਿੰਨੀਆਂ ਗੱਲਾਂ ਕਰ ਗਏ ਹੈ ਨਾ, ਫਿਰ ਤਾਂ ਚੁੱਪ ਹੈ।
चंगे समाज सेवी खाने वाले समाज सेवी चंगा किसान नशे ते लाने वाला किसान। सो ये मेरे ख्याल से तो फलसफा ही है, ये तो चलूगा ही। बस ये है कि चंगिया करके बस खड़ा है ये सारा सिस्टम। बस आपा ना हारीए, आप महाराज अगर अरदास करिए बस कि सानू ना तू हारन दई। असं इदा ही बस करते रहिए, जिन्ना सातों करवाना मकान तो किराए का ही है, जिन्ना क वरतना सानू वरत ला। तो बस कोई नहीं, हौली हौली नाल नशा करने वाला भी जुड़ूगा, खाने वाला भी जुड़ूगा, करप्शन करने वाला भी जुड़ूगा, क्योंकि अंदर तो आत्मा तो उही है ना भाई, जी परमात्मा भालती फिरती है। ठीक है, मन दिया खेडा है, माड़ा मोटा इधर उधर कर दिता है। तो यदा एग्जाम भी यही है। हुण महाराज ने सानू पिंड वाले भेजा ही इस करके आ, नहीं तो उत्थे बैठे से असी जिहड़े मस्तां दे विहड़ां दी गल असी करदे ने स्टेज ते, नहीं तो असी बैठे से उत्थे सागर च बूंद मिली हुई सी। हुण एक खेड खेडी आ महाराज ने कि मैं थोनू एक धरती बना के दिना, उत्थे थोनू जाके ते खेडण नू दिना, देखदा थोड़ा थॉट प्रोसैस की कहिंदा। तुसी पदार्थां च उलझदे हो कि तुसी धीआं पुत्तां नू सच मन के बहिंदे हो, कि तुसी घरां नू सच मानदे हो, कि तुसी जमीनां नू कारां नू पैसे नू सच मानदे हो। जे मन गए तां उलझोगे, जे थोनू लग गया पता कि कोई तन दुखी, कोई मन दुखी, कोई चिंता चित उदास, थोड़े थोड़े सब दुखी एक सुखी हरी के दास, आओ बैठा ना कि कर थले। ना तो उन्होंने ए सी चाहिए, ना ही उन्होंने पैसे चाहिए, है ना। इदा के महापुरुष जिते इतें ही बैठे है। सो बस ये जिंदगी जीना है आप, जोड़े वेले ये गेम खेड गए आप वापस फिर उस बूंद मिल जाने। सो ये पेपर है साडा, पर रौला हुण ये कि गुरु की बाणी ना टुट के असी सानू तो बई अखंड के खड़ौने सच लगन लग गए। सो बस इतों उपर उठना है, तो बाकी तो समाज है। चंगे काम करो, मेहनत करो, माँ बाप की सेवा करो, आपके इनवायरमेंट को संभाल के रखो। तो मैं बाई होर जरूर अरदास करता इन्होंने भले लोगों की कि जेडे इस पासे लगे हुए हैं कि इन्हों महाराज तंदुरुस्तियां बख्शे, तख्त इन्हों कायम रहन, तो सारा पिंड है ना भाई आ सारे पंगियों तो उपर उठ के बस सिर्फ मानवता की खेड खेडा आप, फिर आप रब मूँह दिखाओ जोगे। तो नहीं तो इतने धाउन डंडे फसे हुए, तेरे भी फसे, मेरे भी फसे, करांगे की, मर जाएंगे, फिर आ जाएंगे, फिर कोई कुख दे दूगा, फिर इतने कर्म के हिसाब से खेडी जावे, रुली जावे। सुखी तो हरी के दास ही है ना, वो ट्राले चलते सी बाबे रविदास के, तो वह भी खड़िया ही बुनता सी, भी कोई इतने है नहीं कुछ होर। सो आप उन्होंने धियाँ पुत, आप गुरु गोबिंद सिंह के पुत, आप बाबे नानक के पुत हैं। सो अपने विरोध के भी तहजीब होनी चाहिए है। असी गाला कढ़ने वाले परिवारों चो नहीं है, असी किसी के गल च जुत्तियां पाने वाले परिवारों चो नहीं है। असी जो कोई PM है तो PM साहब कहने वाले लोग हैं, असी जो कोई CM है तो CM साहब कहने वाले लोग हैं, पर सोच के बराबर असी बगावत करते हैं। अंदोलन आया सी, सानू नहीं फैसला चंगा लग्या, नहीं फैसला चंगा लग्या, पर जिहड़े जिहड़े गुरु गोबिंद सिंह दे पुत आ उन्होंने उस अहुदे नूं नहीं कदे कोई वंगारिया जां गाल कढ़ी। उन्होंने कहा कि तेरी सोच नाल प्रॉब्लम है, सानू इस तरह हुण साडा स्टेट नूं लैके भी है, जां वख वख डिपार्टमेंट साडे कैबिनेट्स ने जिहड़े जिन्हां कोल डिपार्टमेंट्स ने, साडी उन्हां दे मसलिआं नाल प्रॉब्लम हो सकदी है। तां तहजीब नाल, अदब नाल, सत्कार नाल बाबे नानक दे पुत बण के विरोध करिए, फिर जंग जित्तांगे। जे कल्लियां गालियां च पै के ऐं कर देंगे, धौण ते गोडा रख देंगे, चक देंगे, डा देंगे, नहीं बाबा नहीं, असीं ग्राउंड लैवल ते हैं, ते किसान मजदूर वर्ग हां आपां, मिडल क्लास च आउणे आ, आए साड़ी पेश नहीं जान देनी। बाणी पढ़ के घरों निकलो, फिर विरोध करिए, तो तहजीब ना करिए, पता लगे कि बाबे नानक का पुत बैठा है, तो फिर सामने वाले दे औरा जिहड़ा वो साडा साडे वाले चाके बढ़ूगा, तो फिर वो जिवें कहिंदे जो भावे करतार, फिर सारियां चीज़ां होणगियां। सो इन्नियां बेनतियां कबूल करो, बहुत बहुत आदर सत्कार।